संयुक्त किसान मोर्चे के सदे से अज भवानीगढ़ नैशनल हाईवे जाम किया गया। किसानों ने इल्जाम लगाया कि मंडियों के झोने के कोठियां के बराबर ढेर लगे हुए हैं, पर किसी भी सरकार का किसानों के वाल कोई भी ध्यान नहीं है। झोने तो तुरंत बाद कणक की बिजाई का समा बिल्कुल तैयार है, पर सोसायटियां दुकाना से DAVP खाद का भी प्रबंध नहीं किया गया। सरकार वालों जानबूझ के किसानों तंग परेशान किया जा रहा है, फिर किसानों को सड़कों पर उतरन तो इलावा कोई हल नहीं है। किसान आगुओं ने कहा है कि एक तो केंद्र की सरकार निकम्मी है, तो उस तो भी निकम्मी पंजाब भाजपा के लीडर ने जेडे अपनी सरकार को किसानों के मुद्दे नहीं चुक रहे। फिर भाजपा पंजाब के लोग वोटा किस आधार पर पाएंगे? ਗੁਰਮੀਤ ਸਿੰਘ ਭੱਟੀਵਾਲ ਸੂਬਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ। ਗੁਰਮੀਤ ਸਿੰਘ ਜੀ, ਅੱਜ 11 ਤੋਂ 3 ਵਜੇ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸੜਕਾਂ 'ਤੇ ਆਵਾਜਾਈ ਠੱਪ ਰਹੀ ਹੈ, ਕੀ ਕਾਰਨ ਹੋਇਆ ਜਿਹੜਾ ਤੁਸੀਂ ਦੁਬਾਰਾ ਤੋਂ ਫਿਰ ਸੜਕਾਂ 'ਤੇ ਆਉਣਾ ਪਿਆ? ਦੇਖੋ, ਪਹਿਲਾਂ ਸੰਯੁਕਤ ਮੋਰਚੇ ਦੀ ਮੀਟਿੰਗ ਸਰਕਾਰ ਦੇ ਨਾਲ ਹੋਈ ਸੀ। ਉਹ ਸਰਕਾਰ ਦੇ ਵਿੱਚ ਮੀਟਿੰਗ ਦੇ ਜਿਹੜੀ ਸਰਕਾਰ ਦੇ ਨਾਲ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਫੈਸਲਾ ਕਰ ਲਿਆ ਸੀ ਪੰਜਾਬ ਸਰਕਾਰ ਨੇ ਵੀ ਸਾਨੂੰ 2 ਦਿਨ ਦੇ ਦਿਓ। 2 ਦਿਨਾਂ ਦੇ ਵਿੱਚ ਜਿਹੜੀ ਮੰਡੀਆਂ ਦੇ ਵਿੱਚ ਫਸਲ ਰੁੱਲ ਰਹੀ ਆ, ਅਸੀਂ ਰੁੱਲਣੋਂ ਹਟਾ ਦਾਂਗੇ, ਬੋਲੀ ਦਾ ਪ੍ਰਬੰਧ ਕਰ ਦਾਂਗੇ, ਜਿਹੜੇ ਢੇਰ ਲੱਗੇ ਹੋਏ ਨੇ ਇਹਨਾਂ ਨੂੰ ਚੁਕਾ ਲਾਂਗੇ। ਪਰ ਸੰਯੁਕਤ ਮੋਰਚੇ ਵੱਲੋਂ 2 ਦਿਨ ਦੀ ਬਜਾਏ 4 ਦਿਨ ਦੇਤੇ, ਤੇ ਕੱਲ੍ਹ ਉਹ 4 ਦਿਨ ਪੂਰੇ ਹੋ ਗਏ। ਇਸ ਲਈ ਅੱਜ 25 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਸੜਕਾਂ ਜਾਮ ਕਰਨ ਦਾ ਫੈਸਲਾ ਕਰਿਆ, ਕਿਉਂਕਿ ਸਰਕਾਰ ਉਹ ਫੈਸਲੇ ਦੇ ਉੱਤੇ ਖਰੀ ਨਹੀਂ ਉਤਰੀ। ਕਿਤੇ ਬੋਲੀ ਦਾ ਪ੍ਰਬੰਧ ਨਹੀਂ, ਕਿਤੇ ਚੱਕਣ ਦਾ ਪ੍ਰਬੰਧ ਨਹੀਂ, ਜੇ ਕਿਤੇ ਹੈ ਵੀ ਉਹ ਨਾ ਮਾਤਰ ਹੈ। ਆਹ ਹੁਣ ਭਵਾਨੀਗੜ੍ਹ ਦੀ ਮੰਡੀ ਦੇ ਵਿੱਚ ਜਾ ਕੇ ਦੇਖ ਲਓ, ਮੇਰਾ ਖਿਆਲ ਆ ਕੋਠਿਆਂ 'ਚ ਡੇਢੇ ਢੇਰ ਲੱਗੇ ਪਏ ਨੇ ਬੋਰੀਆਂ ਦੇ, ਪਰ ਕਿਤੇ ਲਾਹੁਣ ਨੂੰ ਥਾਂ ਨਹੀਂ ਹੈਗਾ। ਕਿਸਾਨ ਦੀ 6 ਮਹੀਨਿਆਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਅੱਜ ਮੰਡੀਆਂ ਦੇ ਵਿੱਚ ਰੁੜ ਰਹੀ ਹੈ। ਇਸ ਲਈ ਕਿਸਾਨ ਨੂੰ ਉਹ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਰੁੜ ਰਹੀ ਹੈ, ਉਹਨੂੰ ਬਚਾਉਣ ਵਾਸਤੇ ਅੱਜ ਸਾਰੇ ਪੰਜਾਬ ਦੇ ਕਿਸਾਨ ਸੜਕਾਂ ਦੇ ਉੱਤੇ ਆਏ ਨੇ। ਇਸ ਲਈ ਅਸੀਂ ਸੰਯੁਕਤ ਮੋਰਚੇ ਦਾ ਫੈਸਲਾ ਵੀ ਜੇ ਸਰਕਾਰ ਅੱਜ ਵਾਲੇ ਪ੍ਰੋਗਰਾਮ ਤੋਂ 11 ਤੋਂ 3 ਵਜੇ ਦੇ ਪ੍ਰੋਗਰਾਮ ਤੋਂ ਟੱਸ ਤੋਂ ਮਸ ਨਾ ਹੋਈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਇਹਦੂ ਤੱਤਾ ਐਕਸ਼ਨ ਦੇਵਾਂਗੇ, ਤਿੱਖਾ ਐਕਸ਼ਨ ਦੇਵਾਂਗੇ, ਜਿਹਦੇ ਨਾਲ ਸਰਕਾਰ ਦੀਆਂ ਜੜ੍ਹਾਂ ਹਿਲਾ ਦਾਂਗੇ। ਅਸੀਂ ਪਹਿਲਾਂ ਵੀ ਦਿੱਲੀ ਜਦੋਂ ਮੋਰਚਾ ਲੱਗਿਆ ਉਦੋਂ ਵੀ ਸਰਕਾਰਾਂ ਕਹਿੰਦੀਆਂ ਤੀਆਂ, ਮੋਦੀ ਕਹਿੰਦਾ ਸੀ ਵੀ ਮੋਦੀ ਹੈ ਤਾਂ ਮੁਮਕਿਨ ਹੈ, ਪਰ ਉਦੋਂ ਵੀ ਮੋਦੀ ਦਾ ਮੂੰਹ ਮੋੜਿਆ ਆ ਲੋਕਾਂ ਨੇ। ਅੱਜ ਭਗਵੰਤ ਮਾਨ ਤਾਂ ਕਿਹੜੇ ਬਾਗ ਦੀ ਮੂਲੀ ਹੈ, ਭਗਵੰਤ ਮਾਨ ਆ ਲੋਕਾਂ ਦੇ ਹੜ੍ਹ ਦੇ ਮੂਹਰੇ ਖੜ੍ਹ ਨਹੀਂ ਸਕੂਗਾ, ਨਾ BJP ਦੀ ਸਰਕਾਰ ਖੜ੍ਹ ਸਕੂਗੀ। BJP ਦੀ ਸਰਕਾਰ ਜਾਂ ਭਗਵੰਤ ਮਾਨ ਦੀ ਸਰਕਾਰ, ਇਹ ਉਹ WTO ਦੀਆਂ ਨੀਤੀਆਂ ਵਿੰਗੇ ਟੇਢੇ ਢੰਗ ਦੇ ਨਾਲ ਲਾਗੂ ਕਰਨ ਜਾ ਰਹੀ ਹੈ। ਸਰਕਾਰ ਇੱਥੇ ਭਾਵੇਂ ਭਗਵੰਤ ਮਾਨ ਦੀ ਹੁੰਦੀ, ਭਾਵੇਂ ਅਕਾਲੀਆਂ ਦੀ ਹੁੰਦੀ, ਭਾਵੇਂ ਕਾਂਗਰਸ ਦੀ ਹੁੰਦੀ, ਪਰ ਇਹ ਉਹ ਨੀਤੀਆਂ ਨੂੰ ਅਮਲੀ ਰੂਪ ਦੇ ਵਿੱਚ ਅਮਲੀ ਜਾਮਾ ਪਹਿਨਾਉਣ ਵਾਸਤੇ ਤਿਆਰ ਨੇ। ਇਸ ਲਈ ਇਹ ਜਿਹੜੀਆਂ ਇਹਦੀਆਂ ਨੀਤੀਆਂ ਨੇ WTO ਦੀਆਂ, ਇਹ ਕਿਸਾਨ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦੇਣਗੇ। ਨਾਮਾ ਜੀ? ਗੁਰਮੀਤ ਸਿੰਘ ਜੀ, ਕਪਿਆਲ ਜ਼ਿਲ੍ਹਾ ਪ੍ਰਧਾਨ BK ਜੂਰਾਜੇ ਦਾ। ਲਗਾਤਾਰ ਮੀਟਿੰਗਾਂ ਸਰਕਾਰ ਦੇ ਨਾਲ ਹੋਈਆਂ, ਪਰ ਕਿਸਾਨਾਂ ਦੀ ਫਸਲ ਹੈ ਜਿਹੜੀ ਫਿਰ ਮੰਡੀਆਂ ਦੇ ਵਿੱਚ ਰੁੜ ਰਹੀ ਹੈ, ਪਰਾਲੀ ਨੂੰ ਅੱਗ ਲਾਉਣ 'ਤੇ ਫਿਰ ਪਰਚੇ ਦਰਜ ਹੋ ਰਹੇ ਨੇ, DAP ਦਾ ਕੋਈ ਪ੍ਰਬੰਧ ਨਹੀਂ, ਕੀ ਕਹਿਣਾ ਚਾਹੁੰਦੇ? ਸਰਕਾਰ ਨੂੰ ਅਸੀਂ ਪਹਿਲਾਂ 5 ਅਕਤੂਬਰ ਨੂੰ ਸਾਰੇ MLA ਨੂੰ ਅਤੇ ਮੰਤਰੀਆਂ ਦੇ 12 'ਚ ਉਹਨਾਂ ਨੂੰ ਨੋਟਿਸ ਦੇ ਕੇ ਆਏ ਤੇ ਵੀ ਸਾਡਾ ਇਹ ਪ੍ਰਬੰਧ ਕਰੋ, ਜੀਰੀ ਦੀ ਖਰੀਦ ਦਾ ਪ੍ਰਬੰਧ ਕਰੋ ਅਤੇ ਬਾਕੀ DAP ਦਾ ਪ੍ਰਬੰਧ ਕਰੋ, ਜਿਹੜਾ ਪਰਵਾਲੀ ਦਾ ਇਹਦਾ ਪ੍ਰਬੰਧ ਕਰੋ, ਸਾਨੂੰ ਸਾਡੀ ਖੇਤਾਂ 'ਚੋਂ ਫ੍ਰੀ ਲੈ ਜਾਓ, ਚੱਕ ਕੇ ਹਫ਼ਤੇ 'ਚ ਸਾਡੀ ਜ਼ਮੀਨ ਵਿਹਲੀ ਕਰ ਦਿਓ, ਸਾਨੂੰ ਕੋਈ ਪ੍ਰੋਬਲਮ ਨਹੀਂ। ਪਰ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ, ਤੁਹਾਨੂੰ ਜਾਣਿਆ ਖੇਤੀ ਕੰਮਾਂ ਤੋਂ, ਇਹਨਾਂ ਨੂੰ ਪਤਾ ਹੀ ਨਹੀਂ ਵੀ ਕਿਵੇਂ ਕਰਾਉਣੇ ਨੇ। ਅੱਜ ਤੱਕ ਦਿੱਲੀ ਕਿਹੜਾ ਗਿਆ ਮੁੱਖ ਮੰਤਰੀ ਫੂਡ ਮਿਨਿਸਟਰ ਨੂੰ ਮਿਲਣ? ਨਹੀਂ ਤਾਂ ਪਿਛਲੀਆਂ ਸਰਕਾਰਾਂ 'ਚ ਦੇਖਿਆ ਇੱਕ ਪੈਰ ਉਰੇ ਹੁੰਦਾ ਸੀ ਫੂਡ ਮਿਨਿਸਟਰ ਦਾ, ਇੱਕ ਦਿੱਲੀ, ਪਰ ਇਹਨਾਂ ਨੂੰ ਤਾਂ ਗੌਰੇ ਨਹੀਂ ਕਰੀ। ਜਿਹੜੇ ਗਡਾਊਨ ਭਰੇ ਪਏ ਨੇ, ਇਹ ਤਾਂ ਪਹਿਲਾਂ ਵਿਹਲੇ ਹੋਣੇ ਚਾਹੀਦੇ ਤੇ, ਹੁਣ ਜਿਹੜਾ ਮਸਲਾ ਜ਼ਿਆਦਾ ਇਹੀ ਅੜਿਆ ਹੋਇਆ ਵੀ ਗਡਾਊਨ ਭਰੇ ਪਏ ਨੇ ਜੀ। ਜੀਰੀ ਸੈਲਰ ਵਾਲੇ ਕਹਿੰਦੇ ਨੇ ਪਿਛਲੇ ਸਾਲ ਸਾਨੂੰ ਘਾਟਾ ਪੈ ਗਿਆ, ਨੁਕਸਾਨ ਹੋ ਗਿਆ, ਵੀ ਸਾਤੋਂ ਇਹਦਾ ਪ੍ਰਬੰਧ ਕਰੋ, ਵੀ ਜੇ ਅਸੀਂ ਹੁਣ ਫੇਰ ਲਵਾ ਲਈ ਤਾਂ ਵੀ ਇਹ ਸਾਡਾ ਮਸਲਾ ਨਹੀਂ ਹੱਲ ਹੋਣਾ। ਗਾਹਾਂ ਇਹ ਵੀ ਲੱਗ ਰਿਹਾ ਕਿ ਨੱਕ ਤੋਂ ਚੌਕੇ ਬੁੱਲਾਂ ਤੱਕ ਆ ਗਈ, ਹੁਣ ਫਸਲ ਤਾਂ ਮਤਲਬ ਕਿ ਸਾਰੀ ਪੱਕ ਕੇ ਤਿਆਰ ਹੋ ਚੁੱਕੀ ਹੈ। ਪਿਛਲੇ ਸਾਲਾਂ 'ਚ ਸਾਡੀ 2 ਹਿੱਸੇ ਫਸਲ ਵਿਕ ਗਈ ਸੀ ਆਹ ਤਰੀਕ 'ਚ, ਜਿਹੜੀ ਐਤਕੀ 10% ਫਸਲ ਵਿਕੀ ਆ ਸਾਰੇ ਪੰਜਾਬ ਦੇ ਵਿੱਚ। ਹਾਲ ਤੱਕ 90% ਕਿਸਾਨਾਂ ਦੀ ਫਸਲ ਖੜੀ ਹੈ, ਉਸ ਮੰਡੀਆਂ 'ਚ ਪਈ ਆ, ਖੇਤਾਂ 'ਚ ਰੁੜ ਰਹੀ ਆ ਜੀ, ਪੱਕ ਕੇ ਥੱਲੇ ਲੱਗ ਰਹੀ ਹੈ ਧਰਤੀ ਤੋਂ, ਕਿਸਾਨ ਵੱਢ ਨਹੀਂ ਰਿਹਾ, ਵੀ ਵੱਢ ਕੇ ਕੀ ਕਰਾਂ, ਉੱਥੇ ਲਿਜਾ ਕੇ ਵਿਕਣੀ ਤਾਂ ਹੈ ਨਹੀਂ। ਬਹੁਤ ਵੱਡੀ ਸਮੱਸਿਆ ਹੈ ਸਰਕਾਰ ਦੀ, ਕੋਈ ਸੈਂਟਰ ਸਰਕਾਰ ਸਾਤੋਂ ਬਦਲਾ ਲੈ ਰਿਹਾ ਦੋਲਣ ਵਾਲਾ, ਜਿਹੜੀ ਉਰੇ ਪੰਜਾਬ ਦੀ BJP ਹੈ,
उन्हां तक पहुँचे नहीं करते, पूरे गल्लां करते भी सानू वोटां पैणियां, उरे लोग वोटां किवें वधणगे, पूरे दी बीजेपी जिहड़ी आ पंजाब वाली इहनां दा फर्ज बणदा मोदी दे गल पैण भी ये मसला हल करो पंजाब दा। पंजाब ना वितकरा कर रहा सेंटर सरकार, इस करके पंजाब दा किसान रोल रहा है। जथेबंदियां किसान नूं रोल नहीं देणगियां, अंतम साह तक किसानां दे नाल रहांगे, दाणा दाणा बक जिन्ना चिर बिकदा नहीं संघर्ष जारी रहणगे। 29 तरीक नूं सारे पंजाब दे विच फिर असीं डीसीआं दा घरेओ रखिआ सारे पंजाब दे। संधन ने चेतावनी दी है कि जे साडीआं मंगां दे वल गौर ना कीता गया तां असीं आउण वाले दिनां दे विच संघर्ष ते खा करांगे। हुण वेखणा होवेगा कि सरकार इस मसले दा कोई हल कढ़दी है या फिर नहीं। ब्यूरो रिपोर्ट द टीवी NRI।